ਇਹ ਤੁਹਾਡਾ ਸਫ਼ਰ ਕਿਸ ਤਰ੍ਹਾਂ ਸ਼ੁਰੂਆਤ ਹੋਈ, ਕਿਸ ਤਰ੍ਹਾਂ ਤੁਸੀਂ ਸੋਚਿਆ? ਕੋਈ ਅਕਸਰ ਮਹਿਲਾਵਾਂ ਜਾਂ ਕੁੜੀਆਂ ਸੋਚਦੀਆਂ ਕਿ ਅਸੀਂ ਮੇਕਓਵਰ ਦਾ ਕੰਮ ਕਰ ਲਈਏ, ਹੈ ਨਾ, ਜਾਂ ਸਟਿਚਿੰਗ ਦਾ ਕੰਮ ਕਰ ਲਈਏ, ਇੱਧਰ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ। ਅਰੁਣ ਗੈਸ ਵਿੱਚ ਜੁੜੇ ਹੋਏ ਅੱਜ 5-6 ਮਹੀਨੇ ਹੋ ਚੁੱਕੇ ਨੇ, ਠੀਕ ਹੈ ਜੀ, ਅਤੇ ਮੈਂ ਸੋਚਿਆ ਕਿ ਆਪਾਂ, ਮੇਰੇ ਹਸਬੈਂਡ ਵੀ ਇੱਥੇ ਹੀ ਅਰੁਣ ਗੈਸ ਵਿੱਚ ਹੀ ਕੰਮ ਕਰਦੇ ਨੇ, ਅਤੇ ਮੈਂ ਆਪਣੇ ਹਸਬੈਂਡ ਦੀ ਸਹਾਇਤਾ ਕਰਦੀ ਹਾਂ ਬਸ। ਹਾਂਜੀ, ਮੈਂ ਸੋਚਿਆ ਕਿ ਅਗਰ ਆਪਾਂ ਆਪਣੇ ਪਾਰਟਨਰ ਦੀ ਸਹਾਇਤਾ ਕਰਾਂਗੇ ਤਾਂ ਆਉਣ ਵਾਲੇ ਟਾਈਮ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਵੀ ਆਪਾਂ ਬਣਾ ਸਕਾਂਗੇ। ਅੱਜ ਦੇ ਦੌਰ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਕਿਤੇ ਵੀ ਘੱਟ ਨਹੀਂ ਹੈਗੀਆਂ, ਠੀਕ ਹੈ ਜੀ, ਅਸੀਂ ਤਾਂ ਫਿਰ ਵੀ ਈ ਰਿਕਸ਼ਾ ਜਾਂ ਫਿਰ ਐਕਟਿਵਾ ਵਗੈਰਾ ਚਲਾ ਰਹੇ ਹਾਂ, ਕਈ ਮਹਿਲਾਵਾਂ ਇੱਦਾਂ ਦੀਆਂ ਨੇ ਜਿਹੜੇ ਕਿ ਜਹਾਜ਼ ਤੱਕ ਚਲਾ ਰਹੀਆਂ ਨੇ। ਉਹਨਾਂ ਨੂੰ ਦੇਖ ਕੇ ਸਾਡੇ ਮਨ ਵਿੱਚ ਵੀ ਇਹ ਆਇਆ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ। ਕਿੰਨਾ ਟਾਈਮ ਤੋਂ ਤੁਸੀਂ ਹੁਣ ਤੱਕ ਕਿੰਨਾ ਸਿਲੰਡਰ ਜਿਹੜਾ ਡਿਲੀਵਰ ਕਰ ਚੁੱਕੇ ਹੋ? ਗੱਲ ਇੱਕ ਦਿਨ ਵਿੱਚ 15-20 ਸਿਲੰਡਰ ਡਿਲੀਵਰ ਕਰ ਦਿੰਦੇ ਹਾਂ। ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਕਿ ਜਿਹੜੇ ਕਿ ਕੁਛ ਕਰਨਾ ਚਾਹੁੰਦੀਆਂ ਨੇ ਹਰ ਫੀਲਡ ਦੇ ਵਿੱਚ ਅਤੇ ਸੋਚ ਰਹੀਆਂ ਨੇ? ਬਿਲਕੁਲ, ਮੈਂ ਤਾਂ ਹਰ ਕਿਸੇ ਨੂੰ ਇਹੀ ਕਹਿ ਰਹੀ ਹਾਂ ਕਿ ਮਹਿਲਾਵਾਂ ਅੱਜ ਦੇ ਦੌਰ ਵਿੱਚ ਕਿਸੇ ਨਾਲੋਂ ਘੱਟ ਨਹੀਂ ਹੈ, ਸਗੋਂ ਅੱਗੇ ਵਧੋ। ਜਿੱਦਾਂ ਅਸੀਂ ਅੱਜ ਅਸੀਂ ਪਹਿਲ ਕੀਤੀ ਹੈ ਸਰ ਇਸ ਕੰਮ 'ਚ, ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇੱਦਾਂ ਦਾ ਕੋਈ ਕੰਮ ਹੋਏਗਾ, ਹੈ ਨਾ, ਜਿੱਥੇ ਮਹਿਲਾਵਾਂ ਅੱਗੇ ਗਈਆਂ। ਬਹੁਤ ਜਗ੍ਹਾ 'ਤੇ ਮਹਿਲਾਵਾਂ ਦੇਖਣ ਨੂੰ ਮਿਲਦੀਆਂ ਨੇ, ਇੱਥੇ ਅਸੀਂ ਪਹਿਲ ਕੀਤੀ ਹੈ। ਮੈਂ ਬਾਕੀ ਮਹਿਲਾਵਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ, ਤੁਸੀਂ ਆ ਕੇ ਸਾਡੇ ਨਾਲ ਜੁੜੋ, ਔਰ ਨਹੀਂ ਸਾਡੇ ਨਾਲ ਜੁੜਨਾ, ਕੋਈ ਨਾ ਕੋਈ ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ, ਕੋਈ ਵੀ ਕੰਮ ਕਰੋ, ਕੋਈ ਵੀ ਅੱਜ ਦੇ ਟਾਈਮ ਵਿੱਚ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸਰ। ਜਦੋਂ ਤੁਹਾਨੂੰ ਦੇਖਦੇ ਨੇ ਤੁਸੀਂ ਮਹਿਲਾ ਆਈ ਹੈ ਤਾਂ ਕਿੱਦਾਂ ਤੁਹਾਡਾ ਸਵਾਗਤ ਕਰਦੇ? ਸਰ, ਉਹਨਾਂ ਨੂੰ ਅੱਛਾ ਲੱਗਦਾ, ਉਹ ਸਵੇਰੇ ਵੀ ਮੈਂ ਇੱਕ ਘਰੇ ਸਿਲੰਡਰ ਦੇਣ ਗਈ ਸੀ, ਉਹ ਕਹਿੰਦੇ ਮੈਡਮ ਪਹਿਲਾਂ ਤਾਂ ਆਟੋ ਰਿਕਸ਼ਾ 'ਤੇ ਨਾ ਜੈਂਟਸ ਆਉਂਦੇ ਸੀ ਅਤੇ ਅੱਜ ਤੁਸੀਂ ਆਏ ਹੋ, ਬਹੁਤ ਅੱਛਾ ਲੱਗਿਆ ਤੁਸੀਂ ਆਏ ਹੋ। ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਅਗਰ ਗੱਲ ਕਰੀਏ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਸਰ ਤੁਸੀਂ ਕਾਫੀ ਸਾਲਾਂ ਤੋਂ ਦੇਖਿਆ ਹੋਣਾ ਕਿ ਤੁਹਾਡੇ ਘਰੇ ਜਦੋਂ ਸਿਲੰਡਰ ਡਿਲੀਵਰ ਕਰਨ ਵਾਸਤੇ ਪਹੁੰਚਦੇ ਤਾਂ ਅਕਸਰ ਪੁਰਸ਼ਾਂ ਦੇ ਰਾਹੀਂ ਜਿਹੜਾ ਵੈ ਸਿਲੰਡਰ ਜਿਹੜਾ ਵੈ ਡਿਲੀਵਰੀ ਕੀਤੀ, ਯਾਨੀ ਕਿ ਡਿਲੀਵਰੀ ਬੋਆਏ ਤੁਹਾਡੇ ਉੱਥੇ ਪਹੁੰਚਦੇ ਨੇ ਔਰ ਆਟੋ ਦੇ ਰਾਹੀਂ ਉਹ ਉੱਥੇ ਪਹੁੰਚਦੇ ਹੈਗੇ ਨੇ। ਲੇਕਿਨ ਤੁਹਾਨੂੰ ਦੱਸਾਂ ਕਿ ਸਮੇਂ ਦੇ ਨਾਲ ਨਾਲ ਲੁਧਿਆਣੇ ਸ਼ਹਿਰ ਦੇ ਵਿੱਚ ਸਾਫ਼ ਤੌਰ 'ਤੇ ਜਿਹੜਾ ਬਦਲਾਵ ਹੈ ਉਹ ਦੇਖਣ ਨੂੰ ਮਿਲ ਰਿਹਾ। ਹੁਣ ਇਹ ਜਿਹੜਾ ਮੋਰਚਾ ਸਿਲੰਡਰ ਡਿਲੀਵਰੀ ਕਰਨ ਦਾ ਲੁਧਿਆਣੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਮਹਿਲਾਵਾਂ ਨੇ ਸੰਭਾਲਿਆ, ਮਹਿਲਾਵਾਂ ਆਪ ਈ ਰਿਕਸ਼ਾ ਚਲਾ ਕੇ ਸਿਲੰਡਰ ਜਿਹੜਾ ਵੈ ਤੁਹਾਡੇ ਘਰ ਤੱਕ ਪਹੁੰਚਾਉਣਗੀਆਂ। ਔਰ ਤੁਹਾਨੂੰ ਦੱਸ ਦੇਵਾਂ ਕਿ ਜਿਸ ਨਾਲ ਮਹਿਲਾਵਾਂ ਦੇ ਨਾਲ ਤੁਹਾਨੂੰ ਵੱਡੀ ਗੱਲ ਹੈ ਵੈ ਕਿ ਮਹਿਲਾਵਾਂ ਸਾਫ਼ ਤੌਰ 'ਤੇ ਜਿਹੜਾ ਸਿਲੰਡਰ ਤੁਹਾਡੇ ਘਰੇ ਪਹੁੰਚਾਉਣਗੀਆਂ ਅਤੇ ਇਹ ਤਸਵੀਰਾਂ ਤੁਹਾਨੂੰ ਵੀ ਕਾਫ਼ੀ ਜਾਗਰੂਕ ਕਰਨਗੀਆਂ ਕਿ ਮਹਿਲਾਵਾਂ ਵੀ ਹੁਣ ਇਸ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਨੇ। ਅਤੇ ਤੁਹਾਨੂੰ ਦੱਸਦਾ ਕਿ ਇਸ ਵੇਲੇ ਹੈਗੇ ਸਾਡੇ ਅਸੀਂ ਲੁਧਿਆਣਾ ਸ਼ਹਿਰ ਦੇ ਇੱਕ ਇਸ ਏਜੰਸੀ ਦੇ ਜਿੱਥੇ ਸਾਡੇ ਨਾਲ ਗੱਲ ਕਰਨ ਮੌਜੂਦ ਹੈਗੇ ਨੇ ਉਹ ਮਹਿਲਾਵਾਂ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇੱਕ ਈ ਰਿਕਸ਼ਾ ਜਿਹੜਾ ਵੈ ਤਿਆਰ ਖੜਾ ਹੋਇਆ ਵੈ, ਜੋ ਕਿ ਸਿਲੰਡਰ ਨੂੰ ਡਿਲੀਵਰੀ ਕਰਨ ਵਾਸਤੇ ਬਿਲਕੁਲ ਤਿਆਰ ਖੜਾ ਹੋਇਆ ਵੈ। ਉਹ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਇਹ ਸਿਲੰਡਰ ਇੱਥੇ ਹੈਗੇ ਨੇ ਜੋ ਕਿ ਡਿਲੀਵਰੀ ਕਰਨ ਦੇ ਬਿਲਕੁਲ ਤਿਆਰ ਖੜਾ। ਔਰ ਇਸ ਰਿਕਸ਼ੇ ਨੂੰ ਕੋਈ ਪੁਰਸ਼ ਨਹੀਂ ਬਲਕਿ ਇੱਕ ਮਹਿਲਾ ਜਿਹੜੀ ਹੈ ਉਹ ਚਲਾ ਕੇ ਲੈ ਕੇ ਜਾਏਗੀ, ਉਹ ਲੋਕਾਂ ਨੂੰ ਡਿਲੀਵਰ ਕਰੇਗੀ। ਸੋ ਜਾਣਦੇ ਹਾਂ ਕਿਸ ਪ੍ਰਕਾਰ ਦੇ ਨਾਲ ਉਹਨਾਂ ਦਾ ਇਹ ਸਫ਼ਰ ਸ਼ੁਰੂਆਤ ਹੋਈ। ਅਕਸਰ ਸਮੇਂ ਦੇ ਨਾਲ ਅਸੀਂ ਦੇਖਿਆ ਕਿ ਮਹਿਲਾਵਾਂ ਟ੍ਰੇਨ ਚਲਾ ਰਹੀਆਂ, ਮਹਿਲਾਵਾਂ ਵਿਮਾਨ ਦੇ ਪਾਇਲਟ ਹੈਗੀਆਂ ਨੇ, ਮਹਿਲਾਵਾਂ ਇੱਥੇ ਤੱਕ ਕਿ ਆਰਮੀ ਦੇ ਵਿੱਚ ਪੁਲਿਸ ਦੇ ਵਿੱਚ ਹਰ ਥਾਵਾਂ 'ਤੇ ਦੇਖਣ ਨੂੰ ਮਿਲਦੀਆਂ ਨੇ। ਉੱਥੇ ਅਗਰ ਗੱਲ ਕਰੀਏ ਤਾਂ ਇਸ ਖੇਤਰ ਦੇ ਵਿੱਚ ਯਾਨੀ ਕਿ ਸਿਲੰਡਰ ਡਿਲੀਵਰੀ ਦੇ ਖੇਤਰ 'ਚ ਖੁਦ ਈ ਰਿਕਸ਼ਾ ਚਲਾ ਕੇ ਉਸਨੂੰ ਤੁਹਾਡੇ ਘਰ ਤੱਕ ਪਹੁੰਚਾਉਣਾ ਵੀ ਇੱਕ ਵੱਡੀ ਅਚੀਵਮੈਂਟ ਹੈਗੀ ਹੈ। ਅਤੇ ਜਾਣਦੇ ਹਾਂ ਕਿਸ ਪ੍ਰਕਾਰ ਦੇ ਨਾਲ ਇਹਨਾਂ ਦਾ ਇਹ ਸਫ਼ਰ ਸ਼ੁਰੂ ਹੋਇਆ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਅਰੁਣ ਗੈਸ ਏਜੰਸੀ ਵਿੱਚ, ਤੁਸੀਂ ਪਧਾਰੇ, ਅਸੀਂ ਬਹੁਤ ਜ਼ਿਆਦਾ ਤੁਹਾਡਾ ਥੈਂਕਫੁਲ ਕਰ ਰਹੇ ਹਾਂ। ਤੁਹਾਡਾ? ਹਾਂਜੀ ਸਰ, ਮੇਰਾ ਨਾਮ ਰੂਪਾਲੀ ਸ਼ਰਮਾ ਜੀ,
ਪਹਿਲੀ ਜੇ ਅਗਰ ਗੱਲ ਕਰੀਏ ਤਾਂ ਇਹ ਤੁਹਾਡਾ ਸਫ਼ਰ ਕਿਸ ਤਰ੍ਹਾਂ ਸ਼ੁਰੂਆਤ ਹੋਈ, ਕਿਸ ਤਰ੍ਹਾਂ ਤੁਸੀਂ ਸੋਚਿਆ? ਕੋਈ ਅਕਸਰ ਮਹਿਲਾਵਾਂ ਜਾਂ ਕੁੜੀਆਂ ਸੋਚਦੀਆਂ ਕਿ ਅਸੀਂ ਮੇਕਓਵਰ ਦਾ ਕੰਮ ਕਰ ਲਈਏ, ਹੈ ਨਾ, ਜਾਂ ਸਟਿਚਿੰਗ ਦਾ ਕੰਮ ਕਰ ਲਈਏ, ਇੱਧਰ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ। ਜੇ ਅਗਰ ਆਫਿਸ ਕਲਚਰ ਦੇਖ ਲਈਏ ਤਾਂ ਰਿਸੈਪਸ਼ਨ 'ਤੇ ਬਹਿਣਾ ਥੋੜ੍ਹਾ ਈਜ਼ੀ ਸਮਝਦੀਆਂ ਕਿ ਚਲੋ ਫੋਨ ਅਟੈਂਡ ਕਰ ਲਾਂਗੇ, ਰਜਿਸਟਰ 'ਤੇ ਕੰਮ ਕਰ ਲਾਂਗੇ। ਸੋ ਇਹ ਖੁਦ ਈ ਰਿਕਸ਼ਾ ਚਲਾ ਕੇ ਔਰ ਸਿਲੰਡਰ, ਐਡਾ ਹੈਵੀ ਸਿਲੰਡਰ, ਇਹਨੂੰ ਡਿਲੀਵਰ ਕਰਨਾ ਕਿੱਦਾਂ ਤੁਹਾਡੇ ਮਨ 'ਚ ਤਿਆਰ ਹੋਇਆ ਕਿ ਮੈਂ ਇਹ ਚੀਜ਼ ਮੈਂ ਇਹੀ ਕਰਨੀ ਹੈ? ਹਾਂਜੀ ਸਰ, ਐਕਚੁਲੀ ਮੈਨੂੰ ਅਰੁਣ ਗੈਸ ਵਿੱਚ ਜੁੜੇ ਹੋਏ ਅੱਜ 5-6 ਮਹੀਨੇ ਹੋ ਚੁੱਕੇ ਨੇ, ਠੀਕ ਹੈ ਜੀ। ਅਤੇ ਮੈਂ ਸੋਚਿਆ ਕਿ ਆਪਾਂ, ਮੇਰੇ ਹਸਬੈਂਡ ਵੀ ਇੱਥੇ ਅਰੁਣ ਗੈਸ ਵਿੱਚ ਹੀ ਕੰਮ ਕਰਦੇ ਨੇ, ਅਤੇ ਮੈਂ ਆਪਣੇ ਹਸਬੈਂਡ ਦੀ ਸਹਾਇਤਾ ਕਰਦੀ ਹਾਂ ਬਸ। ਹਾਂਜੀ, ਮੈਂ ਸੋਚਿਆ ਕਿ ਅਗਰ ਆਪਾਂ ਆਪਣੇ ਪਾਰਟਨਰ ਦੀ ਸਹਾਇਤਾ ਕਰਾਂਗੇ ਤਾਂ ਆਉਣ ਵਾਲੇ ਟਾਈਮ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਵੀ ਆਪਾਂ ਬਣਾ ਸਕਾਂਗੇ। ਬਿਲਕੁਲ ਸਹੀ ਗੱਲ ਹੈ ਕਿ ਤੁਹਾਡੇ ਹਸਬੈਂਡ ਇੱਥੇ ਕੰਮ ਕਰ ਰਹੇ, ਬਟ ਤੁਸੀਂ ਹੋਰ ਵੀ ਕੋਈ ਫੀਲਡ ਚੁਣ ਸਕਦੇ ਸੀ ਇੱਥੇ ਟੇਬਲ 'ਤੇ ਬੈਠਣ ਦਾ, ਕਿਉਂਕਿ ਇੱਕ ਕਹਿ ਲਓ ਕਿ ਖੁਦ ਇਹ ਪਹਿਲਾਂ ਵੀ ਤੁਸੀਂ ਕਦੀ ਰਿਕਸ਼ਾ ਚਲਾਇਆ ਇਸ ਪ੍ਰਕਾਰ ਦੇ ਨਾਲ ਜਿਵੇਂ ਇੱਕ ਬਾਈਕ ਤੁਸੀਂ ਚਲਾ ਰਹੇ ਹੋ? ਨਹੀਂ ਸਰ, ਫਸਟ ਟਾਈਮ ਹੈ। ਹਾਂਜੀ, ਫਸਟ ਟਾਈਮ ਸਰ। ਤੇ ਕਿੰਨਾ ਕੰਫੀਡੈਂਸ ਕਿੱਦਾਂ ਆਇਆ ਕਿ ਮੈਂ ਇਹਨੂੰ ਚਲ ਰਨ ਵੀ ਕਰਾਂਗੇ ਔਰ ਲੈ ਕੇ ਵੀ ਜਾਵਾਂਗੇ? ਸਰ ਜੀ, ਕੰਫੀਡੈਂਸ ਇੰਦਾ ਇਦਾਂ ਆਇਆ ਕਿ ਅੱਜ ਦੀ ਮੈਂ ਦੇਖ ਰਹੀ ਹਾਂ, ਅੱਜ ਦੇ ਦੌਰ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਕਿਤੇ ਵੀ ਘੱਟ ਨਹੀਂ ਹੈਗੀਆਂ, ਠੀਕ ਹੈ ਜੀ। ਅਸੀਂ ਤਾਂ ਫਿਰ ਵੀ ਈ ਰਿਕਸ਼ਾ ਜਾਂ ਫਿਰ ਐਕਟਿਵਾ ਵਗੈਰਾ ਚਲਾ ਰਹੇ ਹਾਂ, ਕਈ ਮਹਿਲਾਵਾਂ ਇੱਦਾਂ ਦੀਆਂ ਨੇ ਜਿਹੜੇ ਕਿ ਜਹਾਜ਼ ਤੱਕ ਚਲਾ ਰਹੀਆਂ ਨੇ, ਉਹਨਾਂ ਨੂੰ ਦੇਖ ਕੇ ਸਾਡੇ ਮਨ ਵਿੱਚ ਵੀ ਇਹ ਆਇਆ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ। ਹਾਂਜੀ, ਬਾਕੀ ਘਰਦਿਆਂ ਦੀ ਸਪੋਰਟ ਬਹੁਤ ਜ਼ਰੂਰੀ ਹੈ, ਜੋ ਕਿ ਹਰ ਕੋਈ ਕਰ ਰਿਹਾ ਸਾਨੂੰ। ਮੇਰੇ ਹਸਬੈਂਡ ਨੇ ਬਹੁਤ ਸਪੋਰਟ ਕਰ ਰਹੇ ਨੇ, ਮੇਰੇ ਘਰਦੇ ਨੇ ਉਹ ਵੀ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ। ਹਾਂਜੀ, ਕਿਸੇ ਚੀਜ਼ ਦੀ ਦਿੱਕਤ ਨਹੀਂ ਹੈ ਸਰ। ਕਿੰਨਾ ਟਾਈਮ ਤੋਂ ਤੁਸੀਂ ਹੁਣ ਤੱਕ ਕਿੰਨਾ ਸਿਲੰਡਰ ਜਿਹੜਾ ਡਿਲੀਵਰ ਕਰ ਚੁੱਕੇ ਹੋ? ਗੱਲ ਕਰੀਏ ਸਰ, ਹੁਣ ਤੱਕ ਆਪਾਂ ਮੰਨ ਲਓ ਅਸੀਂ ਇੱਕ ਦਿਨ ਵਿੱਚ 15-20 ਸਿਲੰਡਰ ਡਿਲੀਵਰ ਕਰ ਦਿੰਦੇ ਹਾਂ। ਹੁਣ ਤੱਕ ਕਿੰਨੇ ਹਜ਼ਾਰੋਂ ਸਿਲੰਡਰ ਸੀ? ਹਾਂਜੀ ਸਰ, ਹਾਂਜੀ ਬਿਲਕੁਲ ਸਰ। ਮੋਦੀ ਜੀ ਵੱਲੋਂ ਜਿਹੜੀ ਫ੍ਰੀ ਉਜਵਲਾ ਗੈਸ ਕਨੈਕਸ਼ਨ ਦੀ ਸਟਾਰਟ ਹੋਇਆ ਸੀਗਾ, ਉਹਦੇ ਵਿੱਚੋਂ ਸਰ ਅਸੀਂ 40-50 ਹਜ਼ਾਰ ਸਿਲੰਡਰ ਜਿਹੜਾ ਵਾ ਕਿ ਲੋਕਾਂ ਨੂੰ ਫ੍ਰੀ ਵਿੱਚ ਦਿੱਤਾ, ਮੁਫਤ ਵਿੱਚ। ਹਾਂਜੀ ਸਰ, ਬਿਲਕੁਲ ਸਰ। ਹਾਂਜੀ ਸਰ, ਉਸ ਤੋਂ ਬਾਅਦ ਵਿੱਚ ਹੁਣ ਸਰ 1 ਅਗਸਤ ਤੋਂ ਬਾਅਦ ਵਿੱਚ ਦੁਬਾਰਾ ਸਕੀਮ ਜਿਹੜੀ ਹੈ ਚਾਲੂ ਹੋ ਗਈ ਹੈ, ਜਿਹੜੇ ਹਜੇ ਵੀ 7-8 ਹਜ਼ਾਰ ਜ਼ਿਆਦਾ ਹੀ ਆਪਾਂ ਕਹਿ ਸਕਦੇ ਹਾਂ ਜਿਹੜੇ ਸਿਲੰਡਰ ਨੇ ਹਜੇ ਵੀ ਗਰੀਬਾਂ ਤੱਕ ਪਹੁੰਚਾਏ ਜਾਣੇ ਨੇ ਸਰ। ਤੁਹਾਡੇ ਨਾਲ ਕੋਈ ਇਕੱਲੇ ਲੈ ਕੇ ਜਾਂਦੇ, ਤੁਹਾਡੇ ਨਾਲ ਕੋਈ ਹੈਲਪਰ ਵੀ ਜਾਂਦਾ? ਨਹੀਂ ਨਹੀਂ ਸਰ, ਹਜੇ ਤਾਂ ਮੈਂ ਐਕਚੁਅਲੀ ਇਕੱਲੀ ਜਾਂਦੀ ਹਾਂ। ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਕਿ ਜਿਹੜੇ ਕਿ ਕੁਛ ਕਰਨਾ ਚਾਹੁੰਦੀਆਂ ਨੇ ਹਰ ਫੀਲਡ ਦੇ ਵਿੱਚ ਤੇ ਸੋਚ ਰਹੀਆਂ ਨੇ? ਬਿਲਕੁਲ, ਮੈਂ ਤਾਂ ਹਰ ਕਿਸੇ ਨੂੰ ਇਹੀ ਕਹਿ ਰਹੀ ਹਾਂ ਕਿ ਮਹਿਲਾਵਾਂ ਅੱਜ ਦੇ ਦੌਰ ਵਿੱਚ ਕਿਸੇ ਨਾਲੋਂ ਘੱਟ ਨਹੀਂ ਹੈ, ਸਗੋਂ ਅੱਗੇ ਵਧੋ। ਜਿੱਦਾਂ ਅਸੀਂ ਅੱਜ ਅਸੀਂ ਪਹਿਲ ਕੀਤੀ ਹੈ ਸਰ ਇਸ ਕੰਮ 'ਚ, ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇੱਦਾਂ ਦਾ ਕੋਈ ਕੰਮ ਹੋਏਗਾ, ਹੈ ਨਾ, ਜਿੱਥੇ ਮਹਿਲਾਵਾਂ ਅੱਗੇ ਗਈਆਂ। ਬਹੁਤ ਜਗ੍ਹਾ 'ਤੇ ਮਹਿਲਾਵਾਂ ਦੇਖਣ ਨੂੰ ਮਿਲਦੀਆਂ ਨੇ, ਇੱਥੇ ਅਸੀਂ ਪਹਿਲ ਕੀਤੀ ਹੈ। ਮੈਂ ਬਾਕੀ ਮਹਿਲਾਵਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ, ਤੁਸੀਂ ਆ ਕੇ ਸਾਡੇ ਨਾਲ ਜੁੜੋ, ਔਰ ਨਹੀਂ ਸਾਡੇ ਨਾਲ ਜੁੜਨਾ, ਕੋਈ ਨਾ ਕੋਈ ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ, ਕੋਈ ਵੀ ਕੰਮ ਕਰੋ, ਕੋਈ ਵੀ ਅੱਜ ਦੇ ਟਾਈਮ ਵਿੱਚ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸਰ। ਗੱਲ ਕਰੀਏ ਕਿਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ, ਕਿਸ ਤਰ੍ਹਾਂ ਦੇ ਡਿਊਟੀਆਂ ਲੱਗਦੀਆਂ ਨੇ, ਕਿਸ ਤਰ੍ਹਾਂ ਤੁਹਾਨੂੰ ਏਰੀਆਜ਼ ਦਾ ਪਤਾ ਲੱਗਦਾ, ਕਿਸ ਤਰ੍ਹਾਂ ਤੁਸੀਂ ਉੱਥੇ ਡਿਲੀਵਰ ਕਰਦੇ? ਸਰ, ਸਾਡੇ ਐਪ ਬਣੇ ਹੋਏ ਨੇ। ਹਾਂਜੀ, ਐਪ ਬਣੇ ਹੋਏ, ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਏਰੀਆ ਵਿੱਚ ਹਰ ਕਿਸੇ ਨੂੰ ਆਪਣਾ ਏਰੀਆ ਮਿਲਿਆ ਹੋਇਆ, ਇਸ ਏਰੀਆ ਵਿੱਚ ਸਾਡੇ ਇੰਨੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਸਿਲੰਡਰ ਦੇਣਾ। ਹਾਂਜੀ, ਦਿਨ ਦੀ ਸ਼ੁਰੂਆਤ ਕਿੱਦਾਂ ਕਰਦੇ ਹੋ? ਇੱਥੇ ਸਰ ਆਪਾਂ 9:30 ਵਜੇ ਆ ਜਾਂਦੇ ਹਾਂ। ਹਾਂਜੀ, ਉੱਥੇ ਫਿਰ ਆ ਕੇ ਆਪਣਾ ਜੋ ਵੀ ਸਾਡਾ ਜਿਹੜਾ ਕੰਮ ਹੈ, ਆਪਣਾ ਆਪਣਾ ਕੰਮ ਹੈ, ਹਾਂਜੀ ਸਭ ਕੁਛ। ਹਾਂਜੀ, ਕਿਸ ਤਰ੍ਹਾਂ ਜਾਣਦੇ ਹੋ, ਕਿਸ ਤਰ੍ਹਾਂ ਲੋਕੀ ਸਵਾਗਤ ਕਰਦੇ ਜੋ ਪਤਾ ਲੱਗਦਾ ਕਿ ਹੁਣ ਤਾਂ ਸਾਡੇ ਵੱਲ ਦੇਖ ਕੇ ਤਾਂ ਲੋਕੀ ਬਹੁਤ ਖੁਸ਼ ਹੋ ਜਾਂਦੇ ਨੇ।
ਜੀ ਕਈ ਵਾਰ ਇੱਦਾਂ ਹੁੰਦਾ ਸਰ, ਜਿਵੇਂ ਅਸੀਂ ਵੀ ਮਹਿਲਾਵਾਂ ਵਾ, ਅਸੀਂ ਜਦੋਂ ਘਰੇ ਹੁੰਦੀਆਂ ਸੀਗੀਆਂ ਤਾਂ ਕਈ ਵਾਰ ਕੋਈ ਸਿਲੰਡਰ ਡਿਲੀਵਰ ਕਰਨ ਜੈਂਟਸ ਆਉਂਦਾ ਸੀਗਾ ਕਿ ਅਸੀਂ ਮਤਲਬ ਉਹ ਚੀਜ਼ ਨਹੀਂ ਕਰ ਸਕਦੇ ਸੀ, ਹੁਣ ਸਾਨੂੰ ਦੇਖ ਕੇ ਲੋਕ ਸਾਨੂੰ ਅੰਦਰ ਵੀ ਬੁਲਾ ਲੈਂਦੇ ਨੇ, ਆ ਜਾਓ ਮੈਮ ਕੋਈ ਗੱਲ ਨਹੀਂ ਥੈਂਕ ਯੂ ਤੁਸੀਂ ਆਏ ਹੋ, ਖੁਦ ਉਹ ਬਾਹਰ ਹੀ ਰੱਖਵਾ ਲੈਂਦੇ ਨੇ, ਅਸੀਂ ਆਪੇ ਅੰਦਰ ਲੈ ਜਾਵਾਂਗੇ, ਤੁਸੀਂ ਬਸ ਥੈਂਕ ਯੂ ਤੁਸੀਂ ਆਏ ਹੋ। ਮਤਲਬ ਆਪਣੇ ਆਪ ਨੂੰ ਸੇਫ ਸਮਝਦੀਆਂ? ਹਾਂਜੀ ਉਹ ਬਹੁਤ ਸੇਫ ਸਮਝਦੀਆਂ ਨੇ। ਹਾਂਜੀ ਸਰ, ਬਹੁਤ ਬਹੁਤ ਸਰ। ਹਾਂਜੀ ਫੀਮੇਲਸ ਆਪਣੇ ਆਪ ਨੂੰ ਅੱਗੇ ਨਾਲੋਂ ਜਿਵੇਂ ਥੋੜ੍ਹਾ ਬਹੁਤ ਅਨਸੇਫ ਸਮਝਦੀਆਂ ਸੀਗੀਆਂ, ਬਟ ਹੁਣ ਨਹੀਂ। ਹਾਂਜੀ ਸਰ ਜੀ, ਮੈਂ ਸਰ ਇਹ ਕਹਿਣਾ ਚਾਹੂੰਗੀ ਕਿ ਸਾਡੀ ਆਪਣੇ ਸ਼ਿਵਪੁਰੀ ਅਰੁਣ ਗੈਸ ਏਜੰਸੀ ਹੈ ਜਿਹੜੀ, ਉਹਦੇ ਵਿੱਚ ਹੁਣ ਆਪਾਂ ਫੋਰਮ ਵਗੈਰਾ ਦੁਬਾਰਾ ਫਿਲ ਕਰਨ ਲੱਗ ਗਏ। ਅਗਰ ਆਪਾਂ 40-50 ਹਜ਼ਾਰ ਤਾਂ ਸਿਲੰਡਰ ਵੰਡ ਦਿੱਤਾ, ਅਸੀਂ ਚਾਹੁੰਦੇ ਹੋਰ ਵੀ ਅਗਰ ਕੋਈ ਗਰੀਬ ਘਰ ਹੈਗਾ, ਕਈ ਇੱਦਾਂ ਦੇ ਨੇ ਮਿਡਲ ਕਲਾਸ ਲੋਕ ਨੇ ਜਿਨ੍ਹਾਂ ਕੋਲ ਬਹੁਤ ਮਤਲਬ ਸ਼ਮਤਾ ਨਹੀਂ ਹੁੰਦੀ ਆਪਣਾ ਸਿਲੰਡਰ ਵਗੈਰਾ ਲੈਣ ਦੀ, ਮੋਦੀ ਜੀ ਨੇ ਇਹੀ ਗਰੀਬਾਂ ਵਾਸਤੇ ਸਕੀਮ ਸ਼ੁਰੂ ਕੀਤੀ ਹੈ, ਤੁਸੀਂ ਮੋਸਟ ਵੈਲਕਮ, ਸਾਰੇ ਆਓ ਆ ਕੇ ਆਪਣਾ ਫੋਰਮ ਫਿਲ ਕਰਵਾਓ ਔਰ ਤੁਹਾਨੂੰ ਅਸੀਂ ਸਿਲੰਡਰ ਦਿੱਤਾ ਜਾਏਗਾ। ਸਰ ਜਿਵੇਂ ਹੁਣ ਕਿਸੇ ਦੇ ਹਸਬੈਂਡ ਵਾਈਫ ਦੋਨਾਂ ਦੇ ਨਾਮ 'ਤੇ ਏਜੰਸੀ ਵਿੱਚ, ਕਿਸੇ ਵੀ ਏਜੰਸੀ ਵਿੱਚ ਨਾਮ ਨਹੀਂ ਚੱਲ ਰਿਹਾ, ਅਸੀਂ ਉਹਨਾਂ ਨੂੰ ਸਿਲੰਡਰ ਦੇ ਰਹੇ ਹਾਂ ਸਰ। ਸੋ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ, ਰੂਪਾਲੀ ਸ਼ਰਮਾ ਨੇ ਦੱਸਿਆ ਕਿਸ ਪ੍ਰਕਾਰ ਦੇ ਨਾਲ ਉਹ ਈ ਰਿਕਸ਼ਾ ਦੇ ਰਾਹੀਂ ਜਿਹੜਾ ਵਾ ਆਪਣੇ ਦਿਨ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਨੇ, ਕਿਸ ਤਰ੍ਹਾਂ ਨੂੰ ਆਦਤ ਪਈ ਹੈ, ਅਤੇ ਫਾਈਨਲੀ ਹੁਣ ਪੂਜਾ ਚਾਵਲਾ ਜੀ ਨਾਲ ਗੱਲ ਕਰਦੇ ਹਾਂ, ਉਹ ਜਿਹੜਾ ਹੈਗਾ ਈ ਰਿਕਸ਼ਾ 'ਤੇ ਜਿਹੜਾ ਆਪਣਾ ਡਿਲੀਵਰੀ ਕਰਦੇ ਨੇ। ਅਤੇ ਪੂਜਾ ਚਾਵਲਾ ਦੀ ਖਾਸੀਅਤ ਹੈ ਵੀ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਈ ਸਕੂਟੀ ਹੈ, ਇਹ ਆਪਣੀ ਈ ਸਕੂਟੀ 'ਤੇ ਤਕਰੀਬਨ ਦਿਨ ਦੇ 20 ਤੋਂ ਜ਼ਿਆਦਾ ਜਿਹੜੇ ਸਿਲੰਡਰ ਹੈਗੇ ਨੇ ਉਹਨੂੰ ਘਰ ਜਾ ਕੇ ਡਿਲੀਵਰ ਕਰਦੇ ਨੇ। ਇਹ ਵੀ ਸਕੂਟੀ ਹੈ ਬੈਟਰੀ ਵਾਲੀ, ਤੋਂ ਗੱਲ ਕਰਦੇ ਹਾਂ ਵੀ ਇੰਪਲੋਈ ਨੇ ਉੱਥੇ, ਕਰਮਚਾਰੀ ਹੈਗੇ ਨੇ ਇੰਡੀਅਨ ਦੇ ਵਿੱਚ, ਅਤੇ ਡੇਲੀ ਜਿਹੜਾ ਵਾ ਆਪਣੀ ਸਕੂਟਰੀ ਦੇ ਰਾਹੀਂ ਜਿਹੜਾ ਵਾ ਸਿਲੰਡਰ ਜਿਹੜਾ ਲੋਕਾਂ ਦੇ ਘਰ ਤੱਕ ਪਹੁੰਚਾਉਂਦੇ ਨੇ। ਕਿੱਦਾਂ ਦਾ ਐਕਸਪੀਰੀਅੰਸ ਹੈ, ਕਿਸ ਤਰ੍ਹਾਂ ਸ਼ੁਰੂਆਤ ਹੋਈ ਔਰ ਕਿਸ ਤਰ੍ਹਾਂ ਲੋਕ ਇਹਨਾਂ ਦਾ ਵੈਲਕਮ ਕਰਦੇ ਨੇ, ਆਓ ਫਿਰ ਗੱਲ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਕਰਦੇ ਹਾਂ ਸਰ ਨਿਊਜ਼ ਚੈਨਲ ਵਿੱਚ। ਹਾਂਜੀ ਕੀ ਕਹਿਣਾ ਚਾਹੋਗੇ? ਸਰ ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਅਸੀਂ ਅੱਗੇ ਵਧਦੇ ਪਏ ਹਾਂ, ਹੋਰ ਮਹਿਲਾਵਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੋਮ ਡਿਲੀਵਰੀ ਕਰਦੇ ਹਾਂ ਸਿਲੰਡਰ ਦੀ ਅਰੁਣ ਗੈਸ ਵਿੱਚ, ਅਤੇ ਅਰੁਣ ਇੰਡੀਅਨ ਦੇ ਵਿੱਚ ਸਾਡਾ ਬਹੁਤ ਮਾਣ ਕੀਤਾ ਜਾਂਦਾ ਹੈ। ਹਾਂਜੀ ਸਰ, ਕਿੱਦਾਂ ਦਿਨ ਦੀ ਸ਼ੁਰੂਆਤ ਹੁੰਦੀ ਹੈ, ਕਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ? ਅਕਸਰ ਦੇਖਿਆ ਜਾਂਦਾ ਕਿ ਮਹਿਲਾਵਾਂ ਜਿਹੜੀ ਸਕੂਟੀ ਘਰ ਦੇ ਕੰਮਾਂ ਕਾਰਾਂ ਵਾਸਤੇ ਇਸਤੇਮਾਲ ਕਰਦੀਆਂ ਨੇ, ਅਤੇ ਜਾਂ ਨੂੰ ਤੁਸੀਂ ਵੀ ਈ ਰਿਕਸ਼ਾ ਚਲਾ ਸਕਦੇ ਸੀਗੇ ਕਿ ਇੱਕ ਟਾਈਮ 'ਤੇ ਜ਼ਿਆਦਾ ਗੇੜੇ ਲੱਗਣ ਦੀ ਜਗ੍ਹਾ ਤੁਸੀਂ ਵਨ ਟਾਈਮ ਹੀ ਜਾ ਕੇ ਕਰ ਸਕਦੇ, ਪਰ ਤੁਸੀਂ ਸਕੂਟੀ ਕਿਉਂ ਚੁਣੀ? ਸਰ ਲਾਸਟ ਟਾਈਮ ਮੇਰੇ ਕੋਲ ਈ ਰਿਕਸ਼ਾ ਹੈਗੀ ਸੀ, ਬਟ ਮੈਨੂੰ ਐਕਟਿਵਾ 'ਤੇ ਜਾਣਾ ਅੱਛਾ ਲੱਗਦਾ, ਉਹ ਹਵਾ ਵੀ ਲੱਗਦੀ ਰਹਿੰਦੀ ਹੈ, ਬਹੁਤ ਅੱਛਾ ਲੱਗਦਾ ਵੈ, ਅਤੇ ਮੌਸਮ ਵੀ ਅੱਛਾ ਰਹਿੰਦਾ ਤਾਂ ਮੈਂ ਸਕੂਟਰੀ 'ਤੇ ਜਾਣਾ ਪਸੰਦ ਕਰਦੀ ਹਾਂ। ਮੇਰੇ ਹਸਬੈਂਡ ਵੀ ਡਿਲੀਵਰੀ ਕਰਦੇ ਨੇ ਅਤੇ ਉਹ ਆਪਣੇ ਉੱਤੇ ਜਾਂਦੇ ਨੇ, ਆਟੋ 'ਤੇ ਜਾਂਦੇ ਨੇ। ਹਾਂਜੀ, ਤੁਹਾਡੇ ਵੀ ਮਤਲਬ ਹਸਬੈਂਡ ਜਿਹੜੇ ਇੱਥੇ ਹੀ ਕੰਮ ਕਰਦੇ? ਹਾਂਜੀ, ਅਰੁਣ ਗੈਸ 'ਚ ਕੰਮ ਕਰਦੇ ਸਰ। ਤੇ ਹੁਣ ਅਗਰ ਤੁਹਾਡੀ ਗੱਲ ਕਰੀਏ ਤਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਡਿਲੀਵਰ ਕਰਦੇ ਹੋਏ? ਸਰ ਮੈਨੂੰ 6 ਮੰਥ ਹੋ ਗਿਆ ਇੱਥੇ ਕੰਮ ਕਰਦੇ ਹੋਏ, ਡਿਲੀਵਰ ਕਰਦੇ ਹੋਏ। ਹਾਂਜੀ, ਹੋਮ ਡਿਲੀਵਰੀ। ਕਿੰਨਾ ਲੱਗਦਾ, ਕਿੰਨੇ ਸਿਲੰਡਰ ਦਿੰਦੇ ਤੁਸੀਂ ਡਿਲੀਵਰ ਕਰ? ਸਰ ਮੈਂ 20 ਸਿਲੰਡਰ ਦਿੰਦੇ ਡਿਲੀਵਰ ਕਰ ਲੈਂਦੀ ਹਾਂ। ਹਾਂਜੀ, ਸਾਰੇ ਸਰ 15-15, 20-20 ਮਿੰਟ ਦੀ ਦੂਰੀ 'ਚ ਲੋਕੇਸ਼ਨ ਹੁੰਦੀ ਹੈ। ਹਾਂਜੀ, 15-15, 20 ਮਿੰਟ ਦੀ ਹਾਂਜੀ ਦੂਰੀ 'ਚ ਲੋਕੇਸ਼ਨ ਹੁੰਦੀ ਹੈ, ਅਤੇ ਸਵੇਰੇ ਜਾਣਾ ਤਾਂ ਅੱਛਾ ਲੱਗਦਾ ਕਿਉਂਕਿ ਰੋਡ ਵੀ ਖਾਲੀ ਹੁੰਦੀ ਹੈ, ਜਿੱਥੇ ਅਸੀਂ 1/2 ਘੰਟੇ 'ਚ ਪਹੁੰਚਣਾ ਅਸੀਂ 10-15 ਮਿੰਟ 'ਚ ਪਹੁੰਚ ਜਾਂਦੇ ਹਾਂ। ਹਾਂਜੀ, ਕਿ ਤੁਹਾਡੇ ਹਸਬੈਂਡ ਵੀ ਜਿਹੜੇ ਨੇ ਇਸੀ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ, ਉਹ ਵੀ ਡਿਲੀਵਰ ਕਰਦੇ ਨੇ, ਹੈ ਨਾ? ਸੋ ਅਕਸਰ ਜਦੋਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦਾ ਵੇ ਪਹਿਲਾਂ ਆਟੋ ਹੁੰਦੇ ਸੀਗੇ, ਹੈ ਨਾ, ਡੀਜ਼ਲ ਆਟੋ ਦੇ ਹਰ ਕੋਈ ਜਾਂਦਾ ਸੀਗਾ, ਇਕੱਠੇ ਸਿਲੰਡਰ ਆਉਂਦੇ ਸੀਗੇ ਅਤੇ ਉਹ ਜਾਂਦੇ ਹੁੰਦੇ ਸੀਗੇ, ਅਤੇ ਹੁਣ ਇਹ ਬਦਲਾਵ ਕਿੱਦਾਂ ਜੋ ਤੁਹਾਡੇ ਵੱਲੋਂ ਲਿਆਇਆ ਗਿਆ, ਤੁਹਾਡੀ ਏਜੰਸੀ ਵੱਲੋਂ ਲਿਆਇਆ ਗਿਆ ਕਿ ਮਹਿਲਾਵਾਂ ਵੀ ਜਿਹੜੀਆਂ ਅੱਗੇ ਆਉਣ ਔਰ ਲੋਕਾਂ ਦੇ ਘਰੇ ਡਿਲੀਵਰ ਕਰਨ, ਕਿੱਦਾਂ ਲੱਗਦਾ ਹੈ ਬਦਲਾਵ? ਸਰ ਮੇਰੇ ਹਸਬੈਂਡ ਤਾਂ ਆਟੋ 'ਤੇ ਹੀ ਜਾਂਦੇ ਨੇ, ਡੀਜ਼ਲ ਵਾਲੇ ਆਟੋ 'ਤੇ, ਅਤੇ ਮੈਨੂੰ ਲੱਗਿਆ ਕਿ ਮੇਰੇ ਹਸਬੈਂਡ ਵੀ ਮਿਹਨਤ ਕਰਦੇ ਨੇ ਅਤੇ ਮੈਨੂੰ ਵੀ ਜਾਣਾ ਚਾਹੀਦਾ ਹੈ, ਅਤੇ ਫਿਰ ਮੈਂ ਵੀ ਐਕਟਿਵਾ 'ਤੇ ਸਿਲੰਡਰ ਰੱਖ ਕੇ ਕਸਟਮਰ ਦੇ ਘਰ ਜਾਣਾ ਸ਼ੁਰੂ ਕਰਤਾ। ਸਰ ਸਾਡੇ ਕੋਲ ਐਪ ਹੈ, ਉਹਦੇ ਵਿੱਚ ਬੁਕਿੰਗ ਆ ਜਾਂਦੀ ਹੈ, ਜਿਵੇਂ ਕਸਟਮਰ ਦੀ ਬੁਕਿੰਗ ਆਉਂਦੀ, ਉਹਨਾਂ ਨੂੰ ਕਾਲ ਕਰਕੇ ਅਸੀਂ ਆਪਣਾ ਐਕਟਿਵਾ ਲੈ ਕੇ ਉਹਨਾਂ ਦੇ ਘਰੇ ਹੋਮ ਡਿਲੀਵਰੀ ਕਰਨ ਚਲ ਜਾਂਦੇ ਹਾਂ। ਹਾਂਜੀ, ਕਿੱਦਾਂ ਸਵਾਗਤ, ਕਿ ਜਦੋਂ ਤੁਹਾਨੂੰ ਦੇਖਦੇ ਕਿਸੇ ਮਹਿਲਾ ਆਈ ਹੈ ਤਾਂ ਕਿੱਦਾਂ ਤੁਹਾਡਾ ਸਵਾਗਤ ਕਰਦੇ?
ਸਰ ਉਹਨਾਂ ਨੂੰ ਅੱਛਾ ਲੱਗਦਾ ਉਹ ਸਵੇਰੇ ਵੀ ਮੈਂ ਇੱਕ ਘਰੇ ਸਿਲੰਡਰ ਦੇਣ ਗਈ ਸੀ ਉਹ ਕਹਿੰਦੇ ਮੈਡਮ ਪਹਿਲਾਂ ਤਾਂ ਆਟੋ ਰਿਕਸ਼ਾ ਤੇ ਨਾ ਜੈਂਟਸ ਆਉਂਦੇ ਸੀ ਤੇ ਅੱਜ ਤੁਸੀਂ ਆਏ ਹੋ ਬਹੁਤ ਅੱਛਾ ਲੱਗਿਆ ਤੁਸੀਂ ਆਏ ਹੋ ਸੀਗੇ ਸਰ ਸੀਗੇ ਹਾਂਜੀ ਫਿਰ ਮੈਂ ਇਦਾਂ ਦਾ ਮਤਲਬ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਸਾਰੇ ਐਕਸਪੀਰੀਅੰਸ ਹੋ ਗਏ ਉਹਨਾਂ ਨੂੰ ਤੁਹਾਡੇ ਕੋਲ ਹਾਂਜੀ ਸਰ ਮੇਰੇ ਕੋਲ ਬਹੁਤ ਲਾਸਟ ਟਾਈਮ ਬਹੁਤ ਦਾ ਐਕਸਪੀਰੀਅੰਸ ਹੈ ਕਿ ਮੈਨੂੰ ਬਹੁਤ ਅੱਛਾ ਲੱਗਦਾ ਹੈ ਕਿ ਅਸੀਂ ਇਹ ਕੰਮ ਕਰ ਰਹੇ ਹਾਂ ਆਪਣੀ ਮਿਹਨਤ ਕਰ ਰਹੇ ਹਾਂ ਕਿਸੇ ਕੋ ਫਾਲਤੂ ਆਉਂਦੇ ਜਾਂਦੇ ਨਹੀਂ ਆ ਤਾਂ ਮੇਰੇ ਹਸਬੈਂਡ ਇਸ ਕੰਮ 'ਚ ਮੇਰੀ ਬਹੁਤ ਹੈਲਪ ਕਰ ਰਹੇ ਨੇ ਹਾਂਜੀ ਮੈਮ ਨੇ ਦੱਸਿਆ ਕਿ ਪਹਿਲਾਂ ਜਦੋਂ ਪੋਸ਼ ਆਉਂਦਾ ਸੀ ਤਾਂ ਸੋਚਦੇ ਸੀਗੇ ਦਰਵਾਜ਼ਾ ਖੋਲੀਏ ਨਾ ਖੋਲੀਏ ਨਾ ਤੇ ਤੁਹਾਡੇ ਜਾਣ ਨਾਲ ਕਿੰਨੇ ਮਹਿਲਾਵਾਂ ਆਪਣੇ ਨੂੰ ਸੇਫ ਸਮਝਦੀਆਂ ਨੇ ਸਰ ਮਹਿਲਾਵਾਂ ਆਪਣੇ ਆਪ ਨੂੰ ਬਹੁਤ ਸੇਫ ਸਮਝਦੀਆਂ ਕਿਉਂਕਿ ਅਸੀਂ ਕਾਲ ਕਰਕੇ ਜਾਂਦੇ ਹਾਂ ਕਿ ਮੈਮ ਅਸੀਂ ਆਵਾਂਗੇ ਤਾਂ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਆ ਜਿਓ ਫਿਰ ਚਾਹ ਪਾਣੀ ਸਭ ਕੁਝ ਸਾਨੂੰ ਪੁੱਛਦੇ ਨੇ ਅੰਦਰ ਵੀ ਜਾਣ ਦੀ ਇਜਾਜ਼ਤ ਹੁੰਦੀ ਹੈ ਅਸੀਂ ਉਹਨਾਂ ਦੀ ਕਿਚਨ ਤੱਕ ਸਿਲੰਡਰ ਡਿਲੀਵਰ ਕਰਕੇ ਤੇ ਚੈੱਕ ਕਰਕੇ ਆਉਂਦੇ ਹਾਂ ਬਿਲਕੁਲ ਓਕੇ ਕਰਕੇ ਦੇ ਕੇ ਆਉਂਦੇ ਹਾਂ ਡਿਲੀਵਰ ਕਿਸ ਤਰ੍ਹਾਂ ਕਰਦੇ ਹੋ ਚੈੱਕ ਕਰਨ ਤੋਂ ਲੈ ਕੇ ਸ਼ੁਰੂਆਤ ਐਪ ਤੋਂ ਲੈ ਕੇ ਡਿਲੀਵਰ ਕਰਨ ਤੱਕ ਕਿੱਦਾਂ ਸ਼ੁਰੂਆਤ ਰਹਿੰਦੀ ਸਰ ਐਪ 'ਚ ਜਦੋਂ ਬੁਕਿੰਗ ਆਉਂਦੀ ਹੈ ਅਸੀਂ ਕਸਟਮਰ ਨੂੰ ਕਾਲ ਕਰਦੇ ਹਾਂ ਤੇ ਏਰੀਆ ਪੁੱਛਦੇ ਹਾਂ ਵੈਸੇ ਉੱਥੇ ਏਰੀਆ ਲਿਖਿਆ ਹੁੰਦਾ ਕਈ ਵਾਰ ਏਰੀਆ ਗਲਤ ਵੀ ਲਿਖਿਆ ਹੁੰਦਾ ਤੇ ਉਹ ਕਹਿੰਦੇ ਨਹੀਂ ਮੈਮ ਆਜ਼ਾਦ ਨਗਰ ਆਉਣਾ ਹੈ ਤੇ ਉਹ ਸਾਰੇ ਏਰੀਏ ਦੀ ਲੋਕੇਸ਼ਨ ਸਾਨੂੰ ਪਤਾ ਹੈ ਕਿਉਂਕਿ 2 ਈਅਰ ਹੋ ਗਏ ਸਾਨੂੰ ਇਹ 'ਚ ਕੰਮ ਕਰਦੇ ਹੋਏ ਹਾਂਜੀ ਤਾਂ ਸਾਨੂੰ ਸਾਰੇ ਏਰੀਏ ਦੀ ਲੋਕੇਸ਼ਨ ਪਤਾ ਹੈ ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਉਹ ਕਹਿੰਦੇ ਫਲਾਣ 7 ਨੰਬਰ ਗਲੀ 'ਚ ਆਉਣਾ 8 ਨੰਬਰ ਗਲੀ 'ਚ ਆਉਣਾ ਤੇ ਅਸੀਂ ਉਹਨਾਂ ਦੇ ਘਰ 5-10 ਮਿੰਟ 'ਚ ਪਹੁੰਚ ਜਾਂਦੇ ਹਾਂ ਹਾਂਜੀ ਐਕਸਪੀਰੀਅੰਸ ਲੱਗ ਰਿਹਾ ਮੈਂ ਖੁਦ ਡਿਲੀਵਰ ਇਸ ਤੋਂ ਪਹਿਲਾਂ ਵੀ ਕੰਮ ਕਰਦੇ ਸੀਗੇ ਨਹੀਂ ਸਰ ਇਸ ਤੋਂ ਪਹਿਲਾਂ ਕੰਮ ਨਹੀਂ ਕਰਦੇ ਸੀ ਹਾਂਜੀ ਮੁਹੱਲਿਆਂ ਦਾ ਏਰੀਆ ਦਾ ਕਿੱਦਾਂ ਗਿਆਨ ਹੋਇਆ ਸਾਰਾ ਸਰ ਜਿਵੇਂ ਜਿਵੇਂ ਕੰਮ ਕਰਨ ਲੱਗ ਗਏ ਤਾਂ ਪਤਾ ਲੱਗ ਗਿਆ ਕਿਉਂਕਿ ਸਾਡਾ ਰਹਿਣਾ ਹੀ ਇੱਥੇ ਦਾ ਸਰ ਹਾਂਜੀ ਮੇਰੀ ਇੱਥੇ ਮੈਰਿਜ ਹੋਈ ਹੋਈ ਜਲੰਧਰ ਬਾਈਪਾਸ ਗ੍ਰੀਨਲੈਂਡ ਸਕੂਲ ਦੀ ਬੈਕ ਸਾਈਡ ਤੇ ਮੇਰੇ ਕੋਲ ਏਜੰਸੀ ਹੈ ਪੂਜਾ ਚਾਵਲਾ CSC ਸੈਂਟਰ ਹਾਂਜੀ ਮੇਰੇ ਕੋਲ ਆਪਣੀ ਏਜੰਸੀ ਹੈ ਸਰ ਇਸ ਕਰਕੇ ਐਕਸਪੀਰੀਅੰਸ ਵਧਦਾ ਗਿਆ ਜੀ ਐਕਸਪੀਰੀਅੰਸ ਵਧਦਾ ਗਿਆ ਬਾਕੀ ਮਹਿਲਾਵਾਂ ਨੂੰ ਕੀ ਕਰਨ ਜਾਓਗੇ ਜੋ ਸੋਚ ਰਹੇ ਨੇ ਕਰ ਨਹੀਂ ਪਾ ਰਹੇ ਜੋ ਮੈਂ ਲਾਵਾਂ ਸਰ ਕਿਸੇ ਤੇ ਡਿਪੈਂਡ ਰਹਿੰਦੀਆਂ ਉਹਨਾਂ ਨੂੰ ਆਪਣੇ ਆਪ ਤੇ ਗਰਵ ਹੋਣਾ ਚਾਹੀਦਾ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਉਹਨਾਂ ਨੂੰ ਹਸਬੈਂਡ ਤੇ ਜ਼ਿਆਦਾ ਡਿਪੈਂਡ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਜਿਵੇਂ ਅਸੀਂ ਮੈਂ ਤੇ ਰੂਪਾਲੀ ਮੈਮ ਅੱਗੇ ਵਧਦੇ ਪਏ ਹਾਂ ਇਸ ਫੀਲਡ 'ਚ ਹਾਂਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਹਾਂਜੀ ਸੋ ਐਸੀ ਕਿ ਪੂਜਾ ਜੀ ਤੇ ਰੂਪਾਲੀ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਦੋਨੋਂ ਮਹਿਲਾਵਾਂ ਨੇ ਇੱਕ ਮਿਸਾਲ ਜਿਹੜੀ ਹੈ ਕਾਇਮ ਕੀਤੀ ਹੈ ਸਿਲੰਡਰ ਡਿਲੀਵਰੀ ਲੋਕਾਂ ਦੇ ਘਰੇ ਸੰਭਾਲ ਕੇ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਮੋਰਚਾ ਜਿਹੜਾ ਕਹਿ ਸਕਦੇ ਹੋ ਕਿ ਸੰਭਾਲਿਆ ਹੋਇਆ ਘਰਾਂ ਦੇ ਵਿੱਚ ਸਿਲੰਡਰਾਂ ਦੀ ਜਿਹੜੀ ਹੈ ਹੋਮ ਡਿਲੀਵਰੀ ਕਰਨ ਦਾ ਔਰ ਕਿਸ ਪ੍ਰਕਾਰ ਦੇ ਨਾਲ ਇਹਨਾਂ ਦਾ ਕੌਨਫੀਡੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਔਰ ਸਾਫ਼ ਤੌਰ 'ਤੇ ਇਹਨਾਂ ਦਾ ਵੀ ਕਹਿਣਾ ਕਿ ਭਾਵੇਂ ਕੋਈ ਸ਼ੱਕ ਦੀ ਗੱਲ ਨਹੀਂ ਕਿ ਅਗਰ ਪੁਰਸ਼ ਭਰਾ ਜਿਹੜੇ ਸਾਡੇ ਜਿਹੜੇ ਹੈਗੇ ਨੇ ਲੋਕਾਂ ਦੇ ਘਰੇ ਸਿਲੰਡਰ ਡਿਲੀਵਰੀ ਕਰ ਰਹੇ ਨੇ ਉਹ ਅੱਗੇ ਵੀ ਕਰਦੇ ਰਹਿਣਗੇ ਲੇਕਿਨ ਜਦੋਂ ਇੱਕ ਮਹਿਲਾਵਾਂ ਉੱਥੇ ਜਾਂਦੀਆਂ ਨੇ ਕਿੱਥੇ ਨਾ ਕਿੱਥੇ ਉਹਨਾਂ ਦਾ ਕਹਿਣਾ ਹੈਗਾ ਥੋੜ੍ਹਾ ਜਿਹਾ ਤਾਂ ਉਹ ਜ਼ਰੂਰ ਆਪਣੇ ਆਪ ਨੂੰ ਸੇਫ ਸਮਝਦੀਆਂ ਨੇ ਔਰ ਇਹਨਾਂ ਨੂੰ ਵੈਲਕਮ ਕਰਕੇ ਉਹ ਘਰ ਵੀ ਬੁਲਾਉਂਦੀਆਂ ਹੈਗੀਆਂ ਨੇ ਕਿ ਤੁਸੀਂ ਘਰੇ ਸਾਡੇ ਕਿਚਨ ਤੱਕ ਪ੍ਰੋਪਰ ਚੈੱਕ ਕਰਕੇ ਵੀ ਜਾਓ ਸੋ ਇਹ ਜਿਹੜਾ ਬਦਲਾਅ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਜਾਂ ਤੁਹਾਡੇ ਵੀ ਘਰੇ ਕੋਈ ਮਹਿਲਾਵਾਂ ਇੱਦਾਂ ਸਿਲੰਡਰ ਘਰੇ ਡਿਲੀਵਰ ਕਰਨ ਆਉਣੀਆਂ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕੈਮਰਾ ਪਰਸਨ ਹਨੀ ਦੇ ਨਾਲ ਹਰਦੀਪ ਦੂਆ ਨੂੰ ਦੇ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ